ए आकाशवाणी जम्मू है सेना खबरें तुम स्वागत पहले खास खास खबरें करने में श्रुति खजूरिया चमड़ी की बीमारी लंबी ते फैला देखते दिखती जम्मू कश्मीर सरकार ने नया जानवर जनवरी के प्रदेश आयात पर पाबंदी ला दी है ते अंतर से लावा पर भी रोक लाई गई है जम्मू कश्मीर प्रवर्तन निदेशालय ने थरें के लाइसेंस आए मामले में चार करोड़ नत्र लख रप की संपत्ति अटैच की आईआर सी टी सी त्री सितंबर स्री माता वैष्णो देवी विशेष नवरात्रि सैलानी ट्रेन चलाग मुखिवें एल जी रोलिंग ट्राफी क्रिकेट प्रतियोगिता शुरू करवाई रिकॉर्ड ठत्तीस हजार खड़ारी एहे हिस्सा लै करते हैं श्रीनगर राष्ट्रीय जरनैली सिड़क सताई सितंबर तक तगर रोज चार घंटे कमक बंद सूरी ਜੰਮੂ ਕਸ਼ਮੀਰ ਪ੍ਰਸ਼ਾਸਨ ਨੇ 25 ਅਕਤੂਬਰ 2022 ਤੋੜੀ ਗੁਆਂਢੀ ਰਾਜਿਆਂ ਥਮਾ ਦੁਦਾਰੂ ਡੰਗਰ ਦੇ ਆਯਾਤ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚ ਡੰਗਰੇ ਦੇ ਅੰਤਰ ਜ਼ਿਲਾ ਆਉ ਜਾਈ ਉਪਰ پابੰਦੀ ਲਾਈ ਦਿੱਤੀ ਹੈ ਇਹ ਸਰਕਾਰੀ ਆਦੇਸ਼ ਜੰਮੂ ਕਸ਼ਮੀਰ ਚ ਦੁਦਾਰੂ ਡੰਗਰਾਂ ਚ ਚਮੜੀ ਦੀ ਬਿਮਾਰੀ ਲੰਪੀ ਕਰੀ ਜਾਰੀ ਕੀਤੀ ਗਈ ਹੈ ਮੁਲਖੇ ਦੇ ਕਿਸ਼ ਰਾਜੇ ਇਹਦੇ ਤਾਈਂ ਐhtਿਆਤੀ ਉਪਾਅ ਕੀਤੇ ਨਾ ਤੇ ਕੰਨਗੇ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਕੀ ਐਲਐਸਡੀ ਲਾਗੇ ਤਾਈਂ ਨਿਯੰਤਰਣ ਆਲਾ ਇਲਾਕਾ ਦੱਸਿਆ ਹੈ आदेश ਚ ਆਖਿਆ ਗਿਆ ਹੈ ਜੇ ਕਿ ਅੱਗੇ ਦੇ ਔਲਾਦ ਦਾ ਜਾਇਜ਼ਾ ਲੈਣੇ ਦੇ ਬਾਅਦ ਗੇ ਅਗਲਾ ਫੈਸਲਾ ਲਤਾ ਜਾਗ ਜੰਮੂ ਕਸ਼ਮੀਰ ਚ ਜੰਮੂ ਦੇ ਪੁਛ ਪੜਤਾਲੀ ਨਿਦੇਸ਼ਾਲੇ ਦੇ ਸਬ ਜ਼ੋਨਲ ਦਫਤਰ ਨੇ ਪੀ ਐਮ ਐਲ ਏ 2002 ਕਾਨੂੰਨ ਦੇ ਤਹਿਤ ਹਥਿਆਰਿਆਂ ਦੇ ਲਾਇਸੈਂਸ ਮਾਮਲੇ ਚ ਕੋਈ 4 ਕਰੋੜ 69 ਲੱਖ ਰੁਪਏ ਦੀ ਅਚਲ ਸੰਪਤੀ ਜਿਹੜੇ ਜੇ ਬੈਂਕ ਚ ਰੁਪਏ ਪਹਿ ਦੇ ਤਰੀਕੇ ਨੇ ਜਿਮੀ ਫਲੈਟ ਤੇ ਰੋਣੇ ਵਾਲੇ ਕਰੇਗੀ ਅਟੈਚ ਕੀਤਾ ਗਿਆ ਹੈ ਜਿਹੜੇ ਜੇ ਨਵੀ ਦਿੱਲੀ ਦੇ ਨਿਰਣੈ ਸਰਬੰਧੀ ਪ੍ਰਾਧਿਕਰਨਿਆ ਸਿਆ ਪੁਸ਼ਟੀ ਕੀਤੀ ਗਈ ਹੈ ਜੜੀ ਜੇ ਨਿਰਦੇਸ਼ਾਲੇ ਦੇ ਪੱਥਾਚਨ ਆਕਾਸ਼ਵਾਨੀ ਜੰਮੂ ਸਮਾਜਤਾ ਦਿਖਾਵਰ ਮੁજબ ਇਹਨਾਂ ਸੰਪਤੀਆਂ ਕੀ ਸਰਕਾਰੀ ਅਧਿਕਾਰੀਆਂ ਤੇ ਹਥਿਆਰਾਂ ਦੇ ਡੀਲਰਾਂ ਥਮਾ ਗੈਰ ਕਾਨੂੰਨੀ ਗਤੀਵਿਧੀਆਂ ਕੀ ਅੰਜਾਮ ਦੇ ਨੇ ਤੇ ਹਥਿਆਰਾਂ ਦੇ ਲਾਇਸੈਂਸਿੰਗ ਦੀ ਨਵੇਂ ਬਣਾਉਣੇ ਚ ਇੰਦਾ ਚ ਜੁਰਮ ਚ ਮਲਵਸ ਹੋਣਾ ਸ਼ਾਮਲ ਹੈ ਜਾਂਚ ਬਖ ਬਖ ਰਾਜਨੈਤਿਕੇ ਸਰਕਾਰੀ ਅਧਿਕਾਰੀਏ ਜੋ ਜੰਮੂ ਕਸ਼ਮੀਰ ਦੇ ਬਖ ਬਖ ਹਥਿਆਰ ਤੇ ਗੋਲਾ ਬਰੂਦ ਡੀਲ ਰਹੇ ਬਚੋਲੀਆਂ ਖਿਲਾਫ ਪੀ ਐਮ ਐਲ ਏ ਤਹਿਤ ਚਲਾਈ ਗਈ ਹੈ ਨਿਰਦੇਸ਼ालय ਨੇ ਦੱਸਿਆ ਜੇ ਜੰਮੂ ਕਸ਼ਮੀਰ ਦੇ ਸਰਕਾਰੀ ਤੰਤਰ ਦਾ ਜੰਮੂ ਕਸ਼ਮੀਰ ਦੇ ਕਈ ਹਥਿਆਰ ਡੀਲ ਰਹੇ ਬਚੋਲੀਆਂ ਥਮਾ ਕਾਨੂੰਨ ਤਰੀਕੇਕਾਰ ਤੇ ਮਨ ਡੰਡੇ ਦੇ ਖਿਲਾਫ ਵਰਜ਼ੀ ਕੀਤੀ ਗਈ ਹੈ ਤੇ ਇੰਦੇ ਥਮਾ ਕਮਿਸ਼ਨ ਵੀ ਲੈਤੀ ਗਈ ਜੜੀ ਜੇ ਇੰਦੇ ਬੈਂਕ ਖਾਤੇ ਇੰਦੇ ਪਰਿਵਾਰ ਦੇ ਸਦਸਿਆਂ ਦੇ ਬੈਂਕ ਖਾਤੇ ਚ ਪਾਈ ਗਈ ਸੇਤ ਮੈਡੀਕਲ ਸਿੱਖਿਆ ਸਚੇਬ ਭੂਪਿੰਦਰ ਕੁਮਾਰ ਹੋਰੇਜਮ ਕਸ਼ਮੀਰ ਮੈਡੀਕਲ ਸਪਲਾਈ ਕਾਰਪੋਰੇਸ਼ਨ ਲਿਮਟਿਡ ਬਾਰੇ ਇੱਕ ਜਾਇਜ਼ਾ ਬੈਠਕ ਲਈ ਇਸ ਦਰਾਂ ਬਕਬਕ ਮਾਮਲੇ ਜਿੰਦੇ ਚ ਜ਼ਰੂਰੀ ਮੈਡੀਕਲ ਸਰਬੰਦੀ ਚੀਜ਼ਾਂ ਦੀ ਖੁਸ਼ਖਰੀਦ ਤੇ ਸਪਲਾਈ ਬਾਰੇ ਚਰਚਾ ਹੋਈ ਤਾਂ ਜੇ ਇਨੇਗੀ ਸਮੇਂ ਸਿਰ ਬਕਬਕ ਸੇਤ ਈਦਾਰੇਂ ਕੀ ਦਿੱਤਾ ਜਾ ਸਕੇ ਸਚੇਵੋਰੇ ਪਿਛਲੇ ਤਰੇ ਬਰੇ ਦਰਾਂ ਜਦੇ ਚ ਕੋਵਿਡ ala ਦੌਰ ਵੀ ਸ਼ਾਮਿਲ ਹੈ ਚੁਕੀ ਤੀ ਗਈ ਦੀ ਖੁਸ਼ਖਰੀਦ ਦਾ ਵੀ ਜਾਇਜ਼ਾ ਲੇਤਾ ਉਹਨੇ ਪ੍ਰਦੇਸ਼ ਕੈਂਸਰ ادارے ਜੰਮੂ ਅਡੀਆਂ ਤੇ ਜੋੜੇ ਦੇ ਹਸਪਤਾਲ ਲਈ ਕੀਤੀ ਗਈ ਦੀ ਖੁਸ਼ਖਰੀਦ ਦਾ ਵੀ ਜਾਇਜ਼ਾ ਲੈਂਤਾ ਉਹਨੇ ਜੇ ਕੇ ਐਮ ਐਸ ਸੀ ਐਲ ਪਰ ਜ਼ੋਰ ਪਾਇਆ ਜੇ ਉਹ ਖੁਸ਼ਖਰੀਦ ਅਲੀ ਪ੍ਰਕਿਰਿਆ ਕੀ ਫਾਸਟ ਟਰੈਕ ਆਧਾਰ ਪਰ ਕਰਨ ਤਾਂ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸਿਹਤ ادارے ਸੁਚਾਰੂ ਤੇ ਚੁਸਤ ਦਰੁਸਤ ਬਣ ਸਕਣ ਆਈ ਆਰ ਸੀ सीसी ਨੇ ਨਰਾਤੇ ਲਈ ਖਾਸ ਸਲਾਨੀ ਰੇਲ ਗੱਡੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਲੈ ਚਲਾਣ ਦੀ ਕੋਸ਼ਿਸ਼ ਨ ਕੀਤੀ ਹੈ ਇਹ ਗੱਡੀ 30 ਸਤੰਬਰ ਦੀ ਭਾਰਤ ਗੌਰਵ ਤ ਤ 30 ਸਤੰਬਰ ਥਮਾ ਚ ਲੋਗ ਨਰਾਤੇ ਲਈ ਚਲਾਈ ਜਾ ਰਦੀ ਵਿਸ਼ੇਸ਼ ਰੇਲ ਗੱਡੀ ਚ 11 3 ਟਾਇਰ ਏਸੀ ਕੋਚ ਓਂਗਨ ਨਵੇਂ ਸੈਕਟਰ ਚ ਇਸ ਯਾਤਰਾ ਦੀ ਘੋਸ਼ਨਾ ਰਾਮਾਇਣ ਸਰਕਟ ਦੀ ਸਫਲਤਾ ਦੇ ਚਲਦੇ ਕੀਤੀ ਗਈ ਹੈ ਇਹਦਾ ਆਯੋਜਨ ਆਰਸੀਟਸੀ ਲਿਮਟਿਡ ਅਸIAN ਜੂਨ 2022 ਚ ਕੀਤਾ ਗਿਆ ਹ ਸੈਲਾਨੇ ਇਜ਼ਰਾਈਲ ਪਰ ਦਿੱਲੀ ਗਾਜ਼ੀਆਬਾਦ ਮੇਰਠ ਮੁਜ਼ਫਰਨਗਰ ਸਹਾਰਨਪੁਰ ਅੰਬਾਲਾ ਸਿਰਹਿੰਦ ਲੁਧਿਆਣਾ ਤੇ ਕਟਰਾ ਥਮਾ ਚੜੀ ਤੇ ਉਤਰੀ ਸਕਦੇ ਨਾ ਆਕਾਸ਼ਵਾਨੀ ਕੰਨੇ ਗੱਲ ਕਰਦੇ ਹੋਏ ਕਟੜਾ ਦੀ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਵਜ਼ੀਰੋ ਨੇ ਇਹਦੇ ਪਰ ਖੁਸ਼ੀ ਜ਼ਾਹਿਰ ਕੀਤੀ ਤੇ ਕਿਹਾਇਆ इन ट्रेनों के लगने से टूरिज्म को माँ वैष्णो देवी की यात्रा को बहुत बड़ा बोस्ट मिलेगा एक चीज़ और और कहना चाहता हूं और वो ये है कि जो ट्रेन कटरा तक आती है उसकी बुकिंग कभी टूटती ही नहीं और वो हमेशा फुल रहती है तो ये फेस्टिवल के दिनों के अलावा इनको कंटिन्यू करना बहुत जरूरी है ग्रामीण कारीगरी की बढ़ावा देने तय नाबार्ड ऑल इंडिया क्राफ्ट्स आर्ट मेला ग्रामिया दो हजार बई का आयोजन कराता है यह कार्यक्रम छब्बी सितंबर सो अक्तूबर भी सौ बई तोड़ कला केंद्र जम्मू च लगोग इस चाली रा राष्ट्रीय सतह की नमैश नाबार्ड आसया जम्मू च पहली बार आयोजित की जा रही है जिस च मुल्ख भर कारीगर अपनी कारीगरी की प्रदर्शित करगन ते अपने हथखड़ी ते हथकरघा उत्पादें भी बेचने का मौका थोग इस नमैश का मुख्य मकसद जम्मू कश्मीर ते होने राज्यों कारीगर की अपने हुनर प्रदर्शित करने ਤੇ ਉਤਪਾਦਨ ਦੀ ਵਿਚਨੇ ਦਾ ਇੱਕ ਮੰਚ ਥੋਗ ਗ्रामੀਆਂ ਮੇਲੇ ਚ ਕਿਛ ਖਾਸ ਉਤਪਾਦਨ ਜੀਆਂ ਜੇ ਬਸੋਲੀ ਪਸ਼ਮੀਨਾ ਕਸ਼ਮੀਰੀ ਕਾਲੀਨ ਤੇ ਆਰਗੇਨਿਕ ਹਲਦੀ ਸ਼ਾਇਦ ਤੇ ਉਹਨੇ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਜਾਂਗਨ ਡੋੜਾ ਦੇ ਜ਼ਿਲ੍ਹਾ ਵਿਕਾਸ ਆਯੁਕਤ ਵੀਪੀ ਮਹਾਜਨੋ ਨੇ ਕੱਲ ਇੱਕ ਬੈਠਕ ਲਾਈਏ ਜ਼ਿਲ੍ਹਾ ਚ ਕਲਸਟਰ ਟ్రਾਈਬਲ ਪਲਾਨ ਦੀ ਥੋਸ ਤੇ ਮਾਲੀ ਪ੍ਰਗਤੀਤਾ ਜਾਇਜ਼ਾ ਲੇਤਾ ਇਸ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਜੇ ਪਧਰਵਾ ਬਲਾਕ ਚ ਸਰਬੰਦੀ ਯੋਜਨਾ ਤਹਿਤ 11 ਗਰਾਂਏਗੀ ਮਨਜ਼ੂਰੀthੋਈ ਹੈ ਮਨਜ਼ੂਰ ਕੀਤੀ ਗਈ ਯੋਜਨਾ ਤਹਿਤ 9 ਬਖ ਬਖ ਮਹਿਮੇ ਇਹਦੇ ਚ ਸ਼ਾਮਲ ਤੇ ਕਈ ਸਾਰੇ ਮਹਿਮੇ ਕੰਮ ਵੀ ਸ਼ੁਰੂ ਕਰੀ ਦਿੱਤਾ ਹੈ ਇਹ ਖਬਰਾਂ ਤੁਸ ਆਕਾਸ਼ ਵਾਨੀ ਜੰਮੂ ਪਰ ਸੁਨਾੜਦੇ ਹੋ ਤੇ ਉਨ ਬਾਕੀ ਦੀ ਖਬਰੇ ਕਰਨੇ ਸ਼੍ਰੋਤੀ ਖਜੂਰੀਆ मुख्य सचिव डॉक्टर अरुण कुमार मेहता हो आज केंद्र शासित प्रदेश सतह की लैफिनेट गवर्नर रोलिंग ट्रॉफी क्रिकेट भी सुबाई का श्रीनगर के सोनवर शेरे कश्मीर क्रिकेट स्टेडियम से उदघाटन किया इसका आयोजन मिशन यूथ आसिया युवा सेवा के खेड विभाग कलिए किए उन्होंने आख्या जम्मू कश्मीर के समूचे जिले अठत्ती हजार नौजवान अपने आप मुकले पंजीकृत करवाया जो सब्ने खुशी की ग ਉਨੇ ਆਖਿਆ ਜੇ ਆਲਿਆ ਜੰਮੂ ਕਸ਼ਮੀਰ ਜਗੇ ਕੋਈ ਪੰਕ ਕਿੰ ਸਟੇਡੀਅਮ ਹਨ ਜਿਹੜੇ ਜੇ ਉਪਕਰਣੇ ਕਨੇ ਲੈ ਸੰਚਿਤੇ ਦਿਨ ਤੇ ਰਾਤੀ ਦੇ ਮੈਚ ਵੀ ਖੇਡੇ ਜਾ ਸਕਦੇ ਨੇ ਹੋਰ ਤਲਬ ਹੈ ਜੇ ਐਲਜੀ ਰੋਲਿੰਗ ਟਰੋਫੀ ਸਰਕਾਰਾਂ ਸਿਆਂ ਚੰਮੂ ਕਸ਼ਮੀਰ ਦੇ 1935 ਬਰੇ ਦੀ ਬਰੇਸੂ ਦੇ ਨੌਜਵਾਨੇ ਕੀ ਇੱਕ ਮੰਚ ਪ੍ਰਦਾਨ ਕਰਵਾਨੇ ਲਈ ਇੱਕ ਪਹਿਲ ਹੈ जम्मू श्रीनगर राष्ट्रीय जरनैली शिक सताई सितंबर तक हर रोज चार घंटे बंद रवा कर सड़क लस पस्या पौने की शंका आई थार रखरखाव रख लंद कित आकाशवाणी जम्मू के संवाददाता रिपोर्ट मताब बैले त्रै बजे सव सत बजे तोड़ी रखरखाव रख का काम किया जाग बड़ी बड़ मरी महत्वी है जम्मू श्रीनगर राष्ट्रीय जरनैली सड़क पर जरूरी मम्मत के चलते बंद की रखरखाव जरनैली सड़क सबंधी भारतीय प्राधिकरण कर एनएचएआई कैफेटेरिया मोड़ से हो ऐसी थारों का रखरखाव करोग जितें लस पस्या क्पड़ पौने की शेंका बनी रही है इस बारे बार मुख्यम यह रखरखाव आला कम कल शुरू होता है मेहता हो जरैली सड़क पर फल कदोएड़ ट्रकें सुचारूच यकीनी बनाने निर्देश दते उफसरें बनिहाल रामबन बशकार सिड़क की दं गए तेल लंघने जोग बनाने कमें कम की मुरम्मत करने के भी निर्देश दत दस दिन के अन्दर अन्दर लुक् पानेबूरा करने आया मुख्य सचिव होरें इन पंज दौरान यातायात प्रबंधन की सुचारू बनाने एटो घट रुकावटा यकीनी बनाने जरूरत पर बल दा जे उन्ेंक गयी आवाजाई छड़ी रााती रुकी जा की कि उलै रश घट हो अफसरें जीपीएस टेक्नोलॉजी वैज्ञानिक तंग तरीके इस्तेमाल पर जोर दाता तां तकनीक रें ट्रैफिक प्रबंधन बेहतर हो सै सक सुरक्षा भी बेहतर बनी सके जिला रामबन की गूल तहसील दे बसनीक बड़े खुश हैं कि सरकार ने जिला रामबन मुख्यालय सव पजा किलोमीटर की दूरी पर स्थित मशहूर पुरातत्व वाली थार घोड़ा गली के रख रखाव से उसी शैल स्नाकड़ा बनाने लख 25000 ਰੁਪਏ ਮਨਜ਼ੂਰ ਕੀਤੇ ਹਨ ਰਾਮ ਮੰਦਿਰ ਦੀ ਸੀਮ ਦੇ ਮੁਤਾਬਕ ਇਸ ਰਕਮ ਚ 29 ਲੱਖ 10000 ਰੁਪਏ ਇਤਿਹਾਸਿਕ ਥਾਰ ਦੀ ਮੁਰੰਮਤ ਤੇ ਪਰਤੀਏ ਨਵੇਂ ਜਾਨਪਰ ਨਿਆਸ ਤੇ ਸਰਕਾਰੀ ਯੋਜਨਾ ਤਾਂ ਜਾਰੀ ਕੀਤੇ ਗਏ ਨੇ ਉਹਨੇ ਜਾਣਕਾਰੀ ਦਿੱਤੀ ਜੇ ਦੇ ਰੱਖ ਰਖਾਵ ਦਾ ਕੰਮ ਤੋਲਿੰਗ ਸ਼ੁਰੂ ਕੀਤਾ ਜਾ ਕਿ ਇਸ ਲਈ ਪੂਲ ਇਲਾਕੇ ਚ ਸੈਲ ਸਫਾ ਬਦਨੀ ਦੀ ਮੇਦ ਹੈ ਜਿਸ ਕਨੇ ਇਲਾਕੇ ਦੀ ਅਰਥ ਵਿਵਸਥਾ ਵੀ ਬਿਹਤਰ ਹੋਊਗਾ उधमपुर जिले के बटल बलिया आकारी हायर सेकेंडरी स्कूल च स्वच्छता पखवाड़ा बारे जागरूकता प्रोग्राम शुरू हुआ इस दौरान कई गतिविधियां आयोजित होन विद्यार्थी बख बारों का दौरा ला कर दे स्वच्छता बारे तक पागन इस दौरान की अपने घर गली महल आले दुआले ग्राए च साफ सफाई बनाए रखने बारे जागरूक बनाया जा पु की सैबर सेल ने कोई अट्ठ लख रुपये के पजा स्मार्टफोन उनके सही हकदारें ਮਾਲਕਾਂ ਕੀ ਸੁਪੀ ਦਿੱਤੇ ਹਨ ਪੁੰਛ ਤੇ ਤਰੀਕ ਤੇ ਸਪੀ ਹੋ ਰਹੇ ਲੋਕਿੰਗ ਯੁੰ ਦੇ ਮੋਬਾਈਲ ਫੋਨ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਕੀਜੀਏ ਇਹਦੇ ਚ ਫੋਨ ਮਾਲਕ ਦੀ ਨਿੱਜੀ ਜਾਣਕਾਰੀ ਪੇਦੀ ਹੁੰਦੀ ਹੈ ਤੇ ਇਹਦਾ ਗਲਤ ਇਸਤੇਮਾਲ ਕੀਤੇ ਜਾਣ ਦੀ ਪੂਰੀ ਸੰਭਾਵਨਾ ਵੀ ਬਣੀਦੀ ਰਹਿੰਦੀ ਹੈ ਇੰਦੇ ਦਿਵਸ ਦੇ ਸਿਲਸਿਲੇ ਚ ਆਕਾਸ਼ਵਣੀ ਜੰਮੂ ਅਸੇ ਆਯੋਜਿਤ ਇੰਦੇ ਪਖਵੜਾ ਅਜ ਪੁਲਿਸ ਕਾਰ ਵੰਤਰਨ ਸਮਾਰੋਹ ਦੇ ਕੰਨੇ ਸੰਪੰਨ ਹੋਇਆ ਇਸ ਮੌਕੇ ਸਾਥ ਕਪਿਦਾਇਕ ਸਤ ਸ਼ਰਮਤ ਅਸ਼ਵਨੀ ਸ਼ਰਮਾ ਮੁੱਖ ਪੜਨ ਹੈ ਜਿਸ ਲਾਈਕ ਇੱਕ ਪ੍ਰੋਗਰਾਮ ਦੇ ਸਿਰਦਾਰ ਸੀਨੀਅਰ ਪੱਤਰਕਾਰ ਤੇ ਵਗ ਬੋਰਡ ਦੇ ਮੈਂਬਰ सुहेल काजनी इन्दी पखवाड़े तहत पिछले पंद्रह दिनों दौरान आकाशवाणी जम्मू के ब्रेणियों के कर्मचारी कई प्रतियोगिता युवा सेवा खेड संबंधी मैहकमा पुंछ दो रोजा अंतर जोनल जिला सतह की प्रतियोगिता संपन्न हुई इस दौरान उन्नी उम्र उम्री कु खो खो वॉलीबॉल कबड्डी कैरम शतरंज हिस्सा लिया ए ते सौ सठ खारियों हिस्सा लिया अपना हनर दस प्रतियोगि चुने गए खडारी केन्द्र शासित प्रदेश सतह की आयोजित होने वाली प्रतियोगिता लेंगे ਅਖੀਰ ਚ ਖਾਸ ਖਬਰ ਹੈ ਇੱਕ ਵਾਰੀ ਪੜਤੀ ਹੈ ਚਮੜੀ ਦੀ ਬਿਮਾਰੀ ਲੰਪੀ ਦੇ ਫੈਲਾਵ ਕੀ ਦਿਖਤੇ ਹੋਏ ਜੰਮੂ ਕਸ਼ਮੀਰ ਸਰਕਾਰ ਨੇ ਦਦਾਰੂ ਜਾਨਵਰਾਂ ਦੇ ਪ੍ਰਦੇਸ਼ ਚ ਆਯਾਤ ਪਰ پابੰਦੀ ਲਾਈ ਦਿੱਤੀ ਹੈ ਤੇ ਅੰਤਰ ਜ਼ਿਲਾ ਆਉਜਾਈ ਪਰ ਵੀ ਰੋਕ ਲਾਈ ਦਿੱਤੀ ਹੈ ਜੰਮੂ ਕਸ਼ਮੀਰ ਚ ਪ੍ਰਵਤਨ ਨਿਦੇਸ਼ਾਲੇ ਨੇ ਹਥਿਆਰਾਂ ਦੇ ਲਾਇਸੈਂਸ ਅਲੇ ਮਾਮਲੇ ਚ 4 ਕਰੋੜ 69 ਲੱਖ ਰੁਪਏ ਦੀ ਸੰਪਤੀ ਅਟੈਚ ਕੀਤੀ ਹੈ ਆਰ ਸੀ ਟ ਸੀ 3 ਸਤੰਬਰ ਤਮਾਸ਼ੀ ਮਾਤਾ ਵੈਸ਼ਨੋ ਦੇਵੀ ਲਈ ਵਿਸ਼ੇਸ਼ ਨਵਰਾਤਰੀ ਸੈਲਾਨੀ ਟ੍ਰੇਨ ਚਲਾਗ ਮੁੱਖ ਸਕੱਤਰ ਉਰੇ ਐਲਜੀ ਰੋਲਿੰਗ ਟਰਾਫੀ ਕ੍ਰਿਕਟ ਪ੍ਰਤੀਯੋਗਿਤਾ ਸ਼ੁਰੂ ਕਰਾਈ ਰਿਕਾਰਡ 38000 ਖਿਡਾਰੀਆਂ ਇਹਦੇ ਚ ਹਿੱਸਾ ਲੈਣ ਦੇ ਨਾਮ ਜਮੂ ਸ਼ਹਿਰ ਨਗਰ ਰਾਸ਼ਟਰੀ ਜਨ ਲਈ ਸ਼ਿਰਕਸਤਾ ਇਸਤੰਬਰ ਤੱਕਰ ਹਰ ਰੋਜ਼ 4 ਘੰਟੇ ਲਈ ਕੰਮ ਕਾਰਜਾਸਤੇ ਬੰਦ ਰੋਗ ਇਹਦੇ ਕੰਨੇ ਕੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁਆ